ਗੁੱਡ ਮਾਰਨਿੰਗ ਜੀ, ਹੈਪੀ ਨਿਊ ਈਅਰ ਸਾਰਿਆਂ ਨੂੰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਹੈ ਜੀ 1 ਜਨਵਰੀ, ਇਹ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ, ਸਾਰਿਆਂ ਲਈ ਖੁਸ਼ੀਆਂ ਭਰਿਆ ਸਾਲ ਆਵੇ। ਇਹ ਵੀਡੀਓ ਆਪਣੀ ਪਹਿਲਾਂ ਦੀ ਐਡਿਟ ਕਰਨ ਨੂੰ ਟਾਈਮ ਹੀ ਨਹੀਂ ਮਿਲਿਆ, ਵੈਸੇ ਤੁਹਾਨੂੰ ਪਤਾ ਘਰ ਦੇ ਕੰਮ, ਘਰ ਦੀਆਂ ਮਜਬੂਰੀਆਂ, ਕਲੀਨਿਕ ਦਾ ਕੰਮ ਹੋ ਜਾਂਦਾ, ਘਰ ਦਾ ਕੰਮ ਹੋ ਜਾਂਦਾ। ਉੱਧਰੋਂ ਡੁੱਗੂ ਨੂੰ ਲੈਣ ਚਲੇ ਗਏ ਸੀਗੇ, ਉਹ ਤੁਸੀਂ ਅਗਲੇ ਵਲੋਗ 'ਚ ਦੇਖਿਓ, ਡੁੱਗੂ ਨੂੰ ਲੈਣ ਗਏ ਸੀਗੇ ਆਪਾਂ ਪਿੰਡ। ਇਹ ਵੀਡੀਓ ਮੈਂ ਰਾਤ ਹੀ ਐਡਿਟ ਕਰੀ ਹੈ ਅਤੇ ਅੱਜ 1 ਜਨਵਰੀ ਮੈਂ ਨਵੇਂ ਸਾਲ ਦੀਆਂ ਵਧਾਈਆਂ ਦੇ ਦੇਣਾ ਇਸੇ ਵੀਡੀਓ 'ਚ। ਅਤੇ ਰਾਤ ਨਵੇਂ ਸਾਲ ਦੇ ਕਿਹੜੇ ਕਿਹੜੇ ਜਾਗਦੇ ਸੀ ਕਮੈਂਟ ਕਰਕੇ ਜ਼ਰੂਰ ਦੱਸਿਓ। 12:01 'ਤੇ ਨਵਾਂ ਸਾਲ ਹੋਇਆ ਸੀਗਾ, ਰਾਤ 2023 ਕੈਲੰਡਰ ਬਦਲ ਗਿਆ ਸੀ, ਅਤੇ ਕਿਹੜੇ ਕਿਹੜੇ ਜਾਗਦੇ ਸੀ ਰਾਤ 12:01 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਤਾਂ ਜਾਗਦਾ ਸੀ, ਅਤੇ 12:05 ਤੱਕ ਜਾਗਦਾ ਰਿਹਾ, ਉਦੋਂ ਬਾਅਦ ਸੌ ਗਿਆ ਸੀ। ਚਲੋ ਜੀ, ਕਰੋ ਤੁਸੀਂ ਵੀਡੀਓ ਇੰਜੋਏ। ਹੋਰ ਗੱਲ, ਅੱਜ ਹੈਗਾ ਨਵਾਂ ਸਾਲ ਅਤੇ ਅੱਜ ਸਾਰੇ ਜਣੇ ਨਹਾ ਲਿਓ, ਕਿਤੇ ਅੱਜ ਨਾ ਨਹਾਓ ਜੀ। ਅੱਜ ਨਾ ਨਹਾਤੇ ਮੁੜ ਕੇ ਸਾਰਾ ਸਾਲ ਨਹੀਂ ਨਹਾਉਣਾ, ਛੋਟੇ ਹੁੰਦੇ ਐਂ ਕਹਿੰਦੇ ਹੁੰਦੇ ਸੀਗੇ ਵੀ ਜੀ ਅੱਜ ਨਾ ਨਹਾਤੇ ਸਾਰਾ ਸਾਲ ਨਹੀਂ ਨਹਾਉਣਾ। ਫਿਰ ਅਤੇ ਇਸ ਕਰਕੇ ਸਾਰੇ ਜਣੇ ਅੱਜ ਨਹਾ ਲਿਓ, ਮੈਂ ਵੀ ਹੁਣੇ ਨਹਾਉਣ ਲੱਗਿਆ ਸਵੇਰੇ ਸਵੇਰੇ, ਸਿੱਧਿਆਂ ਹੀ ਨਹਾਉਂ ਅੱਜ। ਫਿਰ ਹਿੰਦੀ ਬੋਲਣਾ ਮਿਲਣਾ ਤਾਂ ਸਾਡੇ ਵੱਸ ਦੀ ਗੱਲ ਹੈ ਨੀ, ਇਸ ਕਰਕੇ ਫਿਰ ਅਸੀਂ ਦੁਬਾਰਾ ਪੰਜਾਬੀ 'ਚ ਹੀ ਆ ਗਏ। ਵਿੱਚ ਵਿੱਚ ਅੜ ਜਾਂਦੇ ਸੀ ਪੰਜਾਬੀ, ਚੱਲ ਜਿਹੋ ਜਿਹੀ ਹੈਗੀ ਜਿਵੇਂ ਹੈਗੀ ਬੋਲੀ ਉਹਨੇ ਦਵਾਂ ਦਾ, ਅਤੇ ਹਿੰਦੀ 'ਚ ਬਲੋਗ ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਅਤੇ ਰਾਤ ਸਾਡੇ ਇੱਥੇ ਮੀਂਹ ਆ ਕੇ ਹਟੇ, ਆਹ ਦੇਖੋ ਦਿਖਾਈਆਂ ਨੂੰ, ਸਾਨੂੰ ਪਤਾ ਹੀ ਨਹੀਂ ਲੱਗਿਆ ਅੰਦਰ ਨੀਂਦ 'ਚ ਹੀ ਪਏ ਰਹੇ, ਉਹਦੇ ਜਮ੍ਹਾਂ ਬਰੀਕ ਬਰੀਕ ਕਣੀਆਂ, ਬੱਦਲ ਪੂਰਾ ਚੜਿਆ ਪਿਆ। ਹੁਣ ਫਿਰ ਮੀਂਹ ਦੀ ਸੰਭਾਵਨਾ ਹੋਈ ਪਈ ਹੈ ਵੀ ਮੀਂਹ ਆ ਸਕਦਾ ਮਿਲਾਂ ਦਾ, ਅਤੇ ਜੇ ਮੀਂਹ ਆ ਗਿਆ ਹੋ ਜੂ ਕੰਮ ਸਾਰਾ ਖਰਾਬ। ਸਾਡੇ ਹਜੇ ਮੁੰਡੀ ਦੀ ਛੱਤ ਪਾਉਣ ਵਾਲੀ ਪਈ ਹੈ, ਸਾਰਾ ਪਾਣੀ ਅੰਦਰ ਆਊ ਸਾਡੇ ਮਿਲਾਂ ਦਾ, ਫਿਰ ਉਹੀ ਕੰਮ ਨਾ ਹੋ ਜੇ ਜਿਹੜੇ ਕੰਮ ਤੁਸੀਂ ਕਰਦੇ। ਛੱਤ ਕਿੱਥੋਂ ਢਾਈ ਹੋ, ਕੰਧ ਢਾਈ ਹੈ, ਆਇਆ ਗਾਮਾ ਪਹਿਲਵਾਨ, ਦੋ ਇੱਟਾਂ ਚੱਕ ਕੇ 5 ਮਿੰਟ ਖੜ ਜਾ, ਉਹ ਦੇਖੋ ਤੋੜਤੀ, ਚੰਗੀ ਭਲੀ ਚੱਲਦੀ ਹੈ ਸਾਈਕਲ, ਨਹੀਂ ਤੋੜ ਦੋ ਤੁਸੀਂ ਇਹਨੂੰ, ਇੱਕ ਹੱਥ 'ਤੇ ਦੋਨੇ ਇੱਟਾਂ, ਇੱਕ ਹੱਥ 'ਤੇ, ਹਾਂ ਤਾਂ ਚੱਕ ਬਾਲਾ ਕੱਢਦਾ, ਤਾਂ ਬਾਲਾ ਕੱਢ ਕੇ ਖੜਨਾ, ਕੱਢ ਆ, ਇੱਕ ਹੱਥ 'ਤੇ ਐਂ ਨਹੀਂ, ਇੱਕ ਹੱਥ 'ਤੇ। ਬੱਦਲ ਦੇਖੋ ਕਿੰਨਾ ਚੜਿਆ ਹੁੰਦਾ, ਅੱਜ ਤਾਂ ਆਊ ਮਿਲਾਂ ਦਾ ਮੀਂਹ ਜਾਂ ਪੱਕਾ, ਹੁਣੇ ਕਿੰਨਾ ਬੱਦਲ ਹੋਇਆ ਪਿਆ, ਅਤੇ ਸੂਰਜ ਆ ਗਿਆ, ਹੁਣ ਪੂਰੀ ਕਰਦੀ ਧੁੱਪ ਹੋ ਗਈ, ਕੱਢ ਲਾ ਰੱਬਾ, ਕੱਢ ਲਾ ਧੁੱਪ, ਆਪਣੇ ਮੋਂਟੀ ਦੀ ਛੱਤ ਪਾਈ ਨਹੀਂ ਹੋਈ, ਕਿਤੇ ਸਾਰਾ ਕੰਮ ਖਰਾਬ ਹੋ ਜੇ। ਮੋਂਟੀ ਦੀ ਛੱਤ ਨਹੀਂ ਪਾਈ, ਇੱਧਰੋਂ ਛੱਤ ਵਾਲਾ ਪਾਣੀ ਵੀ ਇਹਦੇ ਕਿਸੇ ਪਾਸੇ ਕੋਈ ਢਾਲ ਨਹੀਂ ਕਰੀ, ਹਜੇ ਸਾਰਾ ਪਾਣੀ ਅੰਦਰ ਜਾਊ, ਇੱਧਰ ਦੀ ਥੱਲੇ ਸਾਰਾ ਕੰਮ ਖਰਾਬ ਹੋ ਜੂ ਜੇ ਮੀਂਹ ਆ ਗਿਆ ਤਾਂ। ਡੈਂਡਰਵ ਦੇਖੋ ਕਿੰਨਾ ਹੋ ਗਿਆ ਮੇਰੇ ਸਿਰ 'ਚ, ਮੈਂ ਸਿਰ 'ਚੋਂ ਕੱਢਿਆ ਹੁਣੀ ਸਾਰਾ, ਗਿੱਲੇ ਸਿਰ 'ਤੇ ਟੋਪੀ ਲੈ ਲੈਣਾ, ਕਈ ਵਾਰੀ ਨਾ ਹੁਣ ਸਾਰੀ ਠੰਡ ਵਾਲੀ ਹੁੰਦੀ ਸੀ ਤਾਂ ਹੋ ਗਿਆ, ਕਣੀਆਂ ਆਉਣ ਲੱਗ ਗਈਆਂ ਨਿੱਕੀਆਂ ਨਿੱਕੀਆਂ, ਅਤੇ ਮੋਂਟੀ ਸਾਡੀ ਛੱਤੀ ਨਹੀਂ ਹੋਈ, ਇਹਦੇ ਅੰਦਰ ਸਾਰਾ ਪਾਣੀ ਦਾ ਬੁਰਾ ਹਾਲ ਹੋ ਗਿਆ, ਇੱਥੋਂ ਸਾਰਾ ਖੁੱਲ੍ਹਾ ਪਿਆ। ਇੱਥੇ ਹੁਣ ਅਸੀਂ ਪਾਉਣ ਲੱਗੇ ਲਿਫਾਫਾ, ਲਿਫਾਫਾ ਜਿਹਾ ਪਿਆ ਸੀ, ਕਾਗਜ਼ ਪਾ ਰਹੇ, ਫੜੋ ਇੱਧਰ ਲੱਭੋ, ਕਣੀਆਂ ਬਾਹਾਂ ਲੈਣ ਲੱਗ ਗਈਆਂ, ਅਤੇ ਕਾਗਜ਼ ਅਸੀਂ ਪਾਤਾ ਉੱਤੇ ਵੀ ਜਿਹੜਾ ਅੰਦਰ ਪਾਣੀ ਨਾ ਜਾਵੇ, ਅਤੇ ਮੈਂ ਕਾਲਿਆਂ ਲਈ ਵੀ ਜਾਣਾ ਸੀਗਾ ਡੁੱਗੂ ਨੂੰ ਲੈਣ ਵਾਸਤੇ, ਅਤੇ ਮੀਂਹ ਉੱਤਰ ਪਿਆ ਉੱਧਰੋਂ, ਹੁਣ ਦੇਖਦੇ ਹਾਂ ਚੱਲ ਜਾਂਦੇ ਹਾਂ ਕਿ ਨਹੀਂ। ਮੇਰੀ ਸਲਾਹ ਇਹ ਸੀ ਮੈਂ ਚੱਲ ਅੱਜ ਲਿਆਵਾਂਗੇ, 2 ਦਿਨ ਰਹਿ ਗਏ ਉਹਦੇ ਛੁੱਟੀਆਂ ਦੇ, ਸਕੂਲ ਦਾ ਕੰਮ ਕੁੰਮ ਕਰ ਲੂੰ 2 ਦਿਨਾਂ 'ਚ, ਅੱਜ ਜਾਣਾ ਸੀਗਾ, ਸਲਾਹ ਸੀ, ਹੁਣ ਦੇਖਦੇ ਹਾਂ ਕੀ ਬਣਦਾ। ਅਤੇ ਇੱਧਰ ਪਾਣੀ ਵੀ ਇਕੱਠਾ ਹੋਣ ਲੱਗਾ, ਇੰਨਾ ਪਾਣੀ ਇਕੱਠਾ ਹੋ ਗਿਆ ਇੱਥੇ, ਬਾਬਾ ਇੰਨਾ ਮੀਂਹ ਤਾਂ ਆਇਆ ਨਹੀਂ, ਤਰਪਾਲ ਲੈ ਲਈ ਉੱਤੇ ਤੋਂ, ਮੀਂਹ ਤਾਂ ਡਰਦੇ ਨੇ, ਬੋਰੀ ਲੈ ਲਈ, ਥੋੜ੍ਹੀ ਥੋੜ੍ਹੀ ਬੂੰਦਾਬਾਂਦੀ ਜੀ ਹੋਈ ਹੈ, ਹਜੇ ਤੱਕ ਬਾਲਾ ਤਾਂ ਨਹੀਂ ਆਇਆ, ਮੰਜਾ ਵੀ ਵਿਚਾਰਾ ਗਿੱਲਾ ਹੋਈ ਜਾਂਦਾ ਮੀਂਹ 'ਚ। ਇੱਧਰ ਜਵਾਕਾਂ ਦਾ ਕੰਮ ਚੈੱਕ ਕਰੋ ਤੁਸੀਂ, ਤਾਂ ਛੱਤ 'ਤੇ ਪਤੰਗ ਚੜਾਈ ਜਾਂਦੇ ਸੀਗੇ, ਇਹ ਲਿਫਾਫਾ ਪਾ ਰੱਖਿਆ ਸੀ ਇੱਧਰ ਕੰਧ 'ਤੇ, ਉੱਪਰ ਰੱਖੇ ਵੀ ਇਹਦੇ ਇੱਟਾਂ, ਅਤੇ ਪਤੰਗ ਅੜ ਗਿਆ ਇਸ ਲਿਫਾਫੇ ਦੇ ਵਿੱਚ ਇਹਦੇ 'ਚ, ਅਤੇ ਜਦੋਂ ਇੱਕੋ ਦਮ ਖਿੱਚਿਆ ਤਾਂ ਇੱਟਾਂ ਥੱਲੇ ਬਚੀਆਂ, ਦੈੜ ਦੈੜ, ਇੱਕ ਇੱਟ ਆ ਕੇ ਪਈ ਇੱਥੇ, ਇੱਥੇ ਬੈਠਾ ਸੀ ਗੁੱਡੂ ਮੰਜੇ 'ਤੇ, ਵਾਹਵਾ ਗੁੱਡੂ ਦੇ ਨਾਲ ਵੱਜੀ ਇੱਕ, ਅਤੇ ਹੁਣ ਝੜਕ ਕੇ ਤਾਰਿਆ ਸਾਰਿਆਂ ਨੂੰ ਥੱਲੇ ਜਵਾਕਾਂ ਨੇ। ਅੱਜ ਮੈਂ ਗੁੱਡੂ ਤੋਂ ਪਹਿਲਾਂ ਨਾ ਲਿਆ, ਗੁੱਡੂ ਹਜੇ ਤੱਕ ਨਾ ਆਇਆ ਨਹੀਂ, ਮੈਂ ਨਹੀਂ ਗੁੱਡੂ ਆਇਆ, ਮੈਂ ਹੈਗਾ ਮਗੇਂਬੋ ਖੁਸ਼ ਵਾ। ਬਾਅਦ 'ਚ ਕੀ, ਗੁੱਡੂ ਪੌੜੀ ਥੱਲੇ ਮੰਜੇ 'ਤੇ ਬੈਠੀ ਸੀਗੀ, 2 ਇੱਟਾਂ ਆ ਪਈਆਂ, 1 ਇੱਟ ਇੱਥੇ ਡਿੱਗੀ ਜਾ ਕੇ, ਅਤੇ 2 ਇੱਟਾਂ ਆ ਡਿੱਗੀਆਂ ਪਈਆਂ ਜੀ, ਵਾਹਵਾ ਇਹ ਵੀ ਨਹੀਂ ਗਈਆਂ ਇੱਧਰ, ਇਹ ਜਮਾਂ ਮੰਜੇ ਸੀ ਇਹਨੂੰ ਗਈਆਂ, ਥੋੜ੍ਹਾ ਜਿਹਾ ਲਿਫਾਫਾ ਅੱਕੇ ਜਾਂਦਾ ਵਾ, ਲਿਫਾਫਾ ਜਾਂ ਮੀਂਹ ਤੋਂ ਪਾਇਆ ਸੀਗਾ, ਮੀਂਹ ਆਇਆ ਵੀ ਨਹੀਂ, ਮਾੜੀ ਮੋਟੀ ਬੂੰਦਾਬਾਂਦੀ ਹੋ ਕੇ ਹਟ ਗਿਆ ਉਦੋਂ, ਉਹੀ ਖੇਚਲ ਕਰਾਈ ਜਾਨੀ। ਮੈਂ ਤਾਂ ਹੈਪੀ ਜਾ ਰਹੀ ਹੁਣ ਤਲਵੰਡੀ, ਤਲਵੰਡੀ ਥੋੜ੍ਹਾ ਜਿਹਾ ਕੰਮ ਸੀ ਕਿਸੇ ਬੰਦੇ ਨੂੰ ਮਿਲ ਕੇ ਆਉਣਾ, ਅਤੇ ਉੱਥੇ ਜਾ ਰਹੇ ਹਾਂ, ਅਤੇ ਕਾਲਿਆਂ ਵਾਲੀ ਜਾਣਾ ਸੀਗਾ, ਅੱਜ ਕਾਲਿਆਂ ਵਾਲੀ ਜਾਣਾ ਸਾਡਾ ਹੋ ਗਿਆ ਜੀ ਕੈਂਸਲ, ਕਿਉਂਕਿ ਛੋਟਾ ਬ੍ਰਦਰ ਉੱਧਰੋਂ ਆਉਂਦਾ ਨਹੀਂ, ਕਹਿੰਦਾ ਸਵੇਰੇ ਆਵਾਂਗੇ, ਫਿਰ ਉੱਧਰੋਂ ਕੈਂਸਲ ਹੋ ਗਿਆ, ਡੁੱਗੂ ਨੂੰ ਲਿਆਉਣਾ ਸੀ, ਹੁਣ ਡੁੱਗੂ ਨੂੰ ਸਵੇਰੇ ਲਿਆਵਾਂਗੇ। ਚਲੋ ਚੱਲਦੇ ਹਾਂ ਤਲਵੰਡੀ, ਹੈਪੀ ਆਉਂਦਾ ਕਹਿੰਦਾ ਦੁਕਾਨਦਾਰ, ਬਾਹਰ ਭੇਡ ਨਹੀਂ ਆਉਂਦੇ, ਖੇਡਣੇ ਆ ਨਾ ਬੈਟਬਾਲ, ਲੱਗਾ ਤਾਂ ਤੂੰ ਦਿਹਾੜੀ 'ਤੇ ਪਿਆ, ਚੱਕੀ ਬੈਟ ਫਿਰਦਾ, ਓਏ ਆ ਜਾ ਭਰਾਵਾ, ਹੁਣ ਮੈਨੂੰ ਬਾਹਰ 'ਚ ਖੜਾ ਰੱਖ, ਓਏ ਮਾਰੇਗਾ ਡਲਾਇਆ ਕਿਸੇ ਦੇ, ਦੇਖ ਦਸਤਾਨਾ ਸਿੱਟਤਾ ਮੇਰਾ।
ਲੈ ਚਲਾ ਹੈਪੀ ਦਸਤਾਨੇ ਦਿੱਤੇ ਤੈਨੂੰ ਨਹੀਂ ਪਤਾ ਉਹ ਮੈਂ ਵੀਡੀਓ ਬਣਾਉਂ ਪਿੱਛੇ ਬਹਿ ਕੇ ਸਮਝਦਾ ਨਹੀਂ ਯਾਰ ਉਹ ਮੈਂ ਵੀਡੀਓ ਬਣਾਉਣੀ ਹੈ ਹੈ ਹੋਰ ਮੈਂ ਵੀਡੀਓ ਦਸਤਾਨੇ ਚੜੇ ਹੁੰਦੇ ਜਦੋਂ ਫਿਰ ਉਹ ਕੈਮਰਾ ਨਹੀਂ ਖੁੱਲਦਾ ਇਸ ਕਰਕੇ ਹੈਪੀ ਚਲਾਊਗਾ ਪੁੰਨ ਵਾਲਾ ਕੰਮ ਆ ਬਾਈ ਹੈਪੀ ਆ ਤਾਂ ਜਿਹੜਾ ਮੋਟਰਸਾਈਕਲ ਚਲਾਉਂਦਾ ਬੰਦਾ ਠੰਡ 'ਚ ਤੇ ਆ ਖੜੀ ਆਪਣੀ 0 ਮੀਟਰ ਗੱਡੀ ਇਹ ਪਿੰਡ ਦੀਆਂ ਗੱਲੀਆਂ ਕੀ ਹਾਲ ਹੈ ਜੀ ਸਾਡੇ ਪਿੰਡ ਦੀਆਂ ਗਲੀਆਂ ਅੱਜ ਮੇਰੀ 1000 ਰੁਪਏ ਦਿਹਾੜੀ ਬਣਾ ਦੀ ਰੇ ਬਈ ਮੇਰੀ ਮਨ ਕੀ ਤੇਰੀ ਯਾਰ ਓਏ ਦਾ ਯਾਰ ਜੀ ਆ ਦੇਖੀ ਭਾਵਾਂ तलवंडी भी असीं पहुंच गए बस चौंक च आ गए बाई ने मिलकर असीं आ गए जी हैप्पी कहना हुण खाने गोलगप्पे ते हुण खाण लगे गोलगप्पे रस्ते च ना भुख जी लगी पई शाम दा टाइम होया तां करियो यार प्लेटां दे दो गोलगप्पे खाने गोलगप्पे आ जा हैप्पी आ पई हैप्पी दी प्लेट आ गई अपनी गोलगप्पे वगैरह खा ले हैप्पी तोर लगा मोटरसाइकल फटाफट चलिए घरे टाइम वाहवा हो गया तोर लगे दी करन लगा बदल चढ़िया होना उधर ਹੁਣ ਅਸੀਂ ਖੜੇ ਸੀ ਸੰਦੋਹੇ ਮੈਡਮ ਨੇ ਮੰਗਵਾਇਆ ਸੀ ਬਰਗਰ ਕਹਿੰਦੇ ਆ ਮੇਰੇ ਬਰਗਰ ਲਿਆ ਬਾਈ ਕੋਲ ਬਰਗਰ ਲੈਣ ਆਏ ਸੀਗੇ ਬਰਗਰ ਹੋਈ ਜਾਂਦਾ ਆਪਣਾ ਤਿਆਰ ਬਣਾਤਾ ਬੜੀ ਸਪੀਡ ਮਾਰੀ ਯਾਰ ਲਓ ਜੀ ਬਰਗਰ ਆਪਾਂ ਲੈ ਲਏ ਹੁਣ ਚੱਲਦੇ ਹਾਂ ਫਟਾਫਟ ਘਰੇ ਹੈਪੀ ਛੇਤੀ ਕਰ ਲੇਟ ਬਹੁਤ ਹੋ ਗਈ ਕਿੰਨੂੰ ਇਸ ਟਾਈਮ ਜਮਾਂ ਪੱਕੇ ਪਏ ਆ ਤਿਆਰ ਹੋਏ ਪਏ बर्गर लेके आया जी गुड्डू के लिए गरबर खा रहा है गरबर सेवियां खा रहा है गरबर में से निकाल के सारे कपड़े खराब करेगा देख खिला दो इसको सारे कपड़े खराब करेगी दे दो मम्मा खिला देगी बेटा नहीं नहीं कल्ली जूड़ी भी करिए दिखाई ओए ओए जूड़ी वाह जी वाह जूड़ी कर ली गुड्डू ने तो वो टोपी ले ले टोपी सर्दी है बेटा बंदे पहले खड़ा डिक्की मसा मिन्नत कर करके ले गए मंडी असि पहुंच गए टैंकी देखने जाने बी गए दिखाने गोदाम च पई है 1000 लीटर वाली देख रहे 1000 लीटर वाली बदू रहू दो जाने सारे टैंकिया असी दो दुकाना ने देख लिया रेट रूट की गलबात करते हैं कितने जचता रेट जितने साढ़े रेट जचे उत्थे कर लाँगे गलबात हूँ पता पैसों की लोड़ बाली है जितों बचते उतो बचाई हूँ टैंकी वाला काम साडा हो गया जी टैंकी ले ली असी आ बिल बनाता जी टैंकी का 4000 रुपये का 1000 लीटर वाली टैंकी रेडियो वालू फोन करता आकाश में वो आके आपे ले जूगा इतने शाम घर आना टैंकी वगैरह लिया तो हम मुंडे कहते कुछ असं खाना आया हम खाण पीन आए फिर की खाओगे कुलचे का बर्गर बर्गर भी है भाई को बर्गर भी है बर्गर बना दो यार कुलचे ने कल आलू होंगे उन्होंने की खाना तू की खाया कुलचे ही मैं तो ऐ फुल होके आया जी करता नहीं खाने तो नाल बैठे खा लेंगे जी तो तेरा करता रुपये देने जी करता जी तो तेरा करता रुपये देने तो नहीं करता लो जी बर्गर साढ़े आ गए इधर बंदे ने चक भी दिता कम कि आप खावे मोटरसाइकिल बह के आराम ना निकिया निकिया कणिया भी पैन लग गई कद ज्यादा ना जो मीजा औखा हो जाऊ घरे जाना निकी निकी कानी ते मोटरसाइकिल दे बर्गर स्वाद ही अड्डा लो जी बर्गर बुर्गर आपां खा लिया ते नजारा आ गया पुल ते आके मुक्या मेरा बर्गर सरकारी बूटे ना अमरूद लगे पे अमरूद तोड़ ले असीं खाण वास्ते इन्हां ने चोरी करिया थले बाग चो भाई जे तुसीं वीडियो देखदे हो आह बंदिआं ने दोनों ने चोरी करी है थोड़े बाग चो सूरज देखो किन्ना घंट छिपदा होया डोलू चक लिया बंदा दुध लाने पाथियां दी राखी रख दे अज फास्ट फूड खा खा के मेरे लगता गला पक गया दर्द करी जाता हूं इतो गला सुबह लगे पहला दही वाले गोलगप्पे खाधे फिर बर्गर खा लिया तो ठंडा पानी पुनी पी के बिच ही चली गया सारा कुछ तो गला दर्द हम पूरा जबरदस्त करी जाऊंगा दवाई दवाई खाने को मिला तो टैंकी अपनी हजे तक आई नहीं कहा शाम को बी अपने नाल ही है मुंडा गुआंढ च वो शाम को रोज़ आता रेडी लेके कहा मैं ले लाइट भज गई साढ़े इस वे रोज़ ही लाइट कट पे दुकान से इनवर्टर की सप्लाई है नहीं
अंदर घरे घरे इनवर्टर की सप्लाई है जी। लो जी टैंकी अपनी हूँ आई है, अजे हूँ आया क्लास लैके शाम के 7 बज गए। इन्ना नहीं रहे हूँ हाँ, डर नहीं लगता रात में? डर नहीं लगता। इसी टैंकी 1000 लीटर वाली टैंकी लेती जी, मैं छोटी फिर पानी पूरा नहीं होंगे, मैं हूँ बड़ी ले लैंने कुछ नहीं होंगे। लो जी टैंकी साड़ी आ गई सी, तो टैंकी असं अंदर वाण लगे तो अंदर टपती नहीं, इतों बार छोटा रह गया नाल लगती, इधरों ना इधरों टप्पे ना इधरों टप्पे फस गए। हूँ इन्हें छत से रस्सा पा के चढ़ानी पी ला, रस्से तो बिना छत तो चढ़नी नहीं क्यों, पौड़ियाँ रस्ते तो जाती नहीं, इधरों अंदर बढ़ू तो फिर पौड़ियाँ रस्ते जाओ, इधरों अंदर बढ़ती नहीं, इन्हें रस्सा पा के बाहर की बाहर खिंचनी पू छत पर, तो हूँ इन्हू लाने इतें कि बहर इतें चला दें। अज की वीडियो का करते इतें एंड, जो वीडियो वधिया लगे वीडियो लाइक कर दे, चैनल में कर लो सबसक्राइब, अगली वीडियो फिर मिलेंगे, बाय बाय।